ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ ਟੀਵੀ। ਇੱਕ ਗੱਲ ਤੁਹਾਨੂੰ ਦੱਸਦੇ ਆ, ਇਹ ਜਿਹਨੂੰ ਤੁਸੀਂ ਐਮਪੀ ਬਣਾਇਆ, ਜਿਨ੍ਹਾਂ ਨੂੰ ਤੁਸੀਂ ਮੰਤਰੀ ਬਣਾਇਆ, ਟਿੱਲ ਦਾ ਜ਼ੋਰ ਲਾਇਆ ਪਿਆ ਵੀ ਗੁਰੂ ਨਾਨਕ ਮੋਦੀ ਖਾਨਾ ਬੰਦ ਕਰੋ, ਟਿੱਲ ਦਾ ਜ਼ੋਰ ਲੱਗਿਆ ਪਿਆ ਇਹਨਾਂ ਦਾ। ਮੈਂ ਬਾਰ ਬਾਰ ਕਹਿੰਦਾ ਕੋਈ ਪਤਾ ਨਹੀਂ ਕਿੱਦਣ ਬੰਦ ਕਰਾ ਦੇਣਾ, ਪਰ ਜਿੰਨਾ ਚਿਰ ਹੈਗੇ ਆ ਸੱਚ ਉਜਾਗਰ ਕਰਕੇ ਜਾਵਾਂਗੇ। ਭਾਵੇਂ ਚਾਰ ਦਿਨ ਸੇਵਾ ਮਿਲੇ, ਭਾਵੇਂ ਚਾਰ ਹਫ਼ਤੇ ਸੇਵਾ ਮਿਲੇ, ਜਿੰਨਾ ਚਿਰ ਬੈਠੇ ਆ ਸੱਚ ਦੱਸਾਂਗੇ। ਲਿਆ ਆ ਲਓ ਜੀ ਦਵਾਈ, ਇਹ ਦਵਾਈ ਕਿਹੜੀ ਆ? ਓਮਨੀ ਜੈਲ, ਇਹ ਟਿਊਬ ਆ 103 ਰੁਪਏ ਪ੍ਰਿੰਟ ਹੈ ਤੇ ਰੇਟ ਕਿੰਨਾ? 32 ਰੁਪਏ। 32 ਰੁਪਏ ਰੇਟ ਦੇ ਵਿੱਚ ਬੰਦਾ ਕਮਾ ਕੇ ਦੇ ਰਿਹਾ ਸਾਨੂੰ, ਬੰਦਾ ਕੁਛ ਕਮਾਈ ਕਰ ਰਿਹਾ ਫਿਰ ਸਾਨੂੰ ਦੇ ਰਿਹਾ, ਅਸੀਂ ਤੁਹਾਨੂੰ ਦੇ ਰਹੇ ਆ 32 ਰੁਪਏ। ਅਸੀਂ ਖਰੀਦ ਕੇ ਲਿਆਏ ਆ, ਆ ਰੱਖੀ ਜਾ ਰੱਖੇ। ਆ ਲਓ ਜੀ, ਆ ਸਿਪਲਾ ਕੰਪਨੀ ਦਾ ਕੈਪਸੂਲ ਆ, ਇਹ ਮੈਕਸੀ ਵਿੱਚ ਮਲਟੀ ਵਿਟਾਮਿਨ ਹੈ ਜੀ, ਇਹ ਮੈਕਸੀ ਵਿੱਚ। ਇਹਦੇ ਤੇ ਪ੍ਰਿੰਟ 111 ਰੁਪਈਏ, ਰੇਟ ਪਤਾ ਕਿੰਨਾ? 18 ਰੁਪਈਏ। 111 ਰੁਪਈਏ ਪ੍ਰਿੰਟ, 18 ਰੁਪਈਏ ਰੇਟ। ਹੱਦ ਹੋ ਗਈ ਯਾਰ ਕਿਸੇ। ਮੈਂ ਇੱਕ ਗੱਲ ਕਹਿੰਦਾ ਗਰੀਬ ਹੈਗਾ ਜੇ, 2544 ਰੁਪਈਏ ਪ੍ਰਿੰਟ ਤੇ 419 ਰੁਪਏ ਦਾ ਮਿਲਦਾ ਜੇ, 419 ਰੁਪਏ। ਸਾਡੇ ਕੋਲੇ ਨਾ ਵੇਖੋ ਤੁਹਾਡੀ ਸੋਸ਼ਲ ਮੀਡੀਆ ਦੀ ਤਾਕਤ, 2544 ਰੁਪਏ ਦਾ ਇੰਜੈਕਸ਼ਨ ਸਾਡੇ ਕੋਲ ਚੰਡੀਗੜ੍ਹ ਤੋਂ ਵੀਰ ਆਇਆ, ਤੁਸੀਂ ਵੀਡੀਓ ਸ਼ੇਅਰ ਕੀਤੀ, ਚੰਡੀਗੜ੍ਹ ਤੋਂ ਵੀਰ ਆਇਆ ਉਹ ਰੋ ਪਿਆ, ਇੱਥੇ ਆ ਕੇ ਰੋ ਪਿਆ ਆ। ਉਹ ਆਂਦਾ ਯਾਰ ਵੀ ਚੰਡੀਗੜ੍ਹ ਦੇ ਵਿੱਚ ਸਾਨੂੰ ਸਾਡਾ ਘਰ ਦਾ ਮਰੀਜ਼ ਹੈ, ਸਾਡੇ ਕੋਲ ਪੈਸੇ ਨਹੀਂ, ਤੁਹਾਡੀ ਵੀਡੀਓ ਵੇਖੀ ਸੀ, ਤੁਸੀਂ 419 ਰੁਪਏ ਦਾ ਟੀਕਾ ਦੇ ਰਹੇ ਜੇ, 419 ਰੁਪਏ ਦਾ। ਯਾਰ ਅਸੀਂ ਤਾਂ ਰੌਲਾ ਪਾਉਂਦੇ ਹਾਂ, ਸਾਨੂੰ ਕੁਝ ਨਾ ਕਰਨ, ਇਹ ਲੀਡਰ ਘੱਟੋ ਘੱਟ ਸੇਵਾ ਕਰਨ ਦੇ ਦੇਣ। ਅਸੀਂ ਸੰਗਤ ਜੀ ਮਹਾਰਾਜ ਕਿਰਪਾ ਕਰੇ, ਕੱਲੀ ਕੱਲੀ ਚੀਜ਼ ਗੁਰੂ ਨਾਨਕ ਦੇ ਮੋਦੀ ਖਾਨੇ, ਜਿਹੜੇ ਭਾਅ ਆਊਗੀ ਉਸੇ ਭਾਅ ਜਾਊ। ਸੜਕਾਂ ਟੁੱਟੀਆਂ, ਬੇਹਾਲ, ਕਾਲਾ ਬਾਜ਼ਾਰੀ ਪੂਰੇ ਜ਼ੋਰਾਂ ਤੇ, ਇਹ ਕਮਿਸ਼ਨਾਂ ਬੰਨੀਆਂ ਭਾਈ ਸਾਹਿਬ ਜੀ। 10 ਰੁਪਏ ਵਾਲੀ ਚੀਜ਼ 110 ਰੁਪਏ ਲਿਖੀ ਜਾਂਦੀ ਹੈ, 100 ਰੁਪਏ ਵੇਚੀ ਜਾਂਦੀ ਹੈ। ਬਿੱਟੂ ਨੂੰ ਪੁੱਛੋ ਕਿਉਂ ਨੀ ਬੋਲਦਾ, ਤੂੰ ਕਿਉਂ ਨੀ ਬੋਲਦਾ, ਤੈਨੂੰ ਐਮਪੀ ਬਣਾਇਆ ਕਾਹਦੇ ਲਈ ਬਣਾਇਆ? ਬਸ ਜੈਜੀਬੀ ਤੇ ਰੱਖ ਵੀ ਟੇਢੇ ਜੇ ਵਾਲ ਕਰਕੇ ਤੇ ਪੁੱਠੇ ਜੇ ਗਾਣੇ ਗਾਉਂਦਾ, ਇਹੀ ਗੱਲ ਨਾ। ਮੈਂ ਕਹਿੰਦਾ ਕਹਿ, ਜ਼ਰੂਰ ਕਹਿ, ਪਰ ਪਹਿਲਾਂ ਇਹਨਾਂ ਤੇ ਬੋਲ, ਲੋਕਾਂ ਦੀ ਚੰਮ ਲਾਉਣੀ ਬੰਦ ਕਰਾ। ਆ ਜਿਹੜੇ ਡਾਕਟਰ ਟੈਸਟਾਂ 'ਚ ਰੁਪਈਏ ਕਮਾਉਂਦੇ ਆ, ਆ ਜਿਹੜੇ ਦਵਾਈਆਂ ਵਾਲੇ ਲੁੱਟਦੇ ਆ, ਪਤਾ ਕਿਉਂ ਨੀ ਬੋਲਦੇ? ਇਹਨਾਂ ਦੀ ਇਲੈਕਸ਼ਨ 'ਚ ਫੰਡ ਇਹ ਦਿੰਦੇ ਆ, ਇਹਨਾਂ ਦੀ ਇਲੈਕਸ਼ਨ 'ਚ ਫੰਡ ਇਹ ਲੋਕ ਦਿੰਦੇ ਆ। ਇਹ ਲੋਕਾਂ ਨੂੰ ਪ੍ਰੋਟੈਕਟ ਤੁਹਾਡੇ ਲੀਡਰ ਕਰਦੇ ਆ, ਜਿਨ੍ਹਾਂ ਨੂੰ ਤੁਸੀਂ ਲੀਡਰ ਬਣਾਉਂਦੇ ਜੇ। ਇਹ ਸਾਨੂੰ ਤੇ ਇਹ ਮਾਰਨ ਨੂੰ ਫਿਰਦੇ ਆ, ਸਾਨੂੰ ਆਂਦੇ ਤੈਨੂੰ ਕੰਮ ਨਹੀਂ ਕਰਨ ਦੇਣਾ। ਆ ਜਿੰਨੀ ਟੀਮ ਬੈਠੀ ਸੀ ਇਹ ਸੋਚਿਆ ਇੱਕ ਦਿਨ ਕਰਾਉਣ, ਦੋ ਦਿਨ ਕਰਾਉਣ, ਜਿੰਨਾ ਚਿਰ ਕਰਾਂਗੇ ਸੰਗਤ ਜੀ ਸੱਚ ਉਜਾਗਰ ਕਰਦੇ ਰਹਾਂ।